ਸਾਡੇ ਸਾਰੇ ਕਾਂਗਰਸ ਵਰਕਰ ਜਿਨ੍ਹਾਂ ਨੇ ਇਹ ਸਟੇਟ ਇਹ ਸੀਟਾਂ 'ਤੇ ਦੱਬ ਕੇ ਲੜਾਈ ਲਿੱਤੀ ਸੀ, ਉਹਨਾਂ ਨੂੰ ਵਧਾਈ ਵੀ ਦਿੰਦਾ ਔਰ ਉਹਨਾਂ ਦਾ ਧੰਨਵਾਦੀ ਵੀ ਹੈ ਕਿ ਉਹਨਾਂ ਨੇ ਇੱਕਜੁੱਟ ਹੋ ਕੇ ਇਹ ਸਾਡੀ ਲੜਾਈ ਨੂੰ ਸਿਰੇ ਚੜ੍ਹਾਈ ਜਿਹੜੀ ਅਸੈਂਬਲੀ ਦੀ ਸੀਟਾਂ ਨੇ। ਔਰ ਜਿਹੜੇ ਕੈਂਡੀਡੇਟ ਸਾਡੇ ਜਿੱਤੇ ਨੇ ਉਹਨਾਂ ਨੂੰ ਵਧਾਈ ਔਰ ਸਾਰੀ ਪਾਰਟੀ ਨੂੰ ਜਿਨ੍ਹਾਂ ਨੇ ਆਪਣਾ ਹਿੱਸਾ ਪਾਇਆ ਇਸ ਚੋਣਾਂ ਦੇ ਵਿੱਚ, ਸਾਡੇ ਮਿਨਿਸਟਰ ਸਾਹਿਬਾਨ ਤੋਂ ਲੈ ਕੇ ਯੂਥ ਕਾਂਗਰਸ ਦੇ ਛੋਟੇ ਤੋਂ ਛੋਟੇ ਬੱਚੇ ਨੂੰ ਇਹਦੇ ਵਿੱਚ ਜੋ ਹਿੱਸਾ ਪਾਇਆ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹੈ। ਇਹ ਤਾਂ ਇੱਥੇ ਹੈ। ਦੂਸਰੀ ਜਿਹੜੀ ਅੱਜ ਕੈਬਨਿਟ ਮੀਟਿੰਗ ਸਾਡੀ ਉਰੇ ਹੋਈ ਹੈ ਉਹ ਫਾਈਨਲ ਅੱਜ ਅਸੀਂ ਡਿਸਕਸ਼ਨ ਕਈ ਕੀਤੀਆਂ ਨੇ 550 ਸਾਲ ਦੇ ਬਾਰੇ ਔਰ ਉਹ ਹੁਣ ਅਗਲੇ 2-4 ਦਿਨਾਂ ਦੇ ਵਿੱਚ ਅਗਲੇ ਦੋ ਚਾਰ ਦਿਨਾਂ ਦੇ ਵਿੱਚ ਇਹਨੂੰ ਪਬਲਿਕ ਕੀਤਾ ਜਾਵੇਗਾ ਕਿ ਕੀ ਪ੍ਰੋਗਰਾਮ ਕੌਣ ਕੌਣ ਹੋਏਗਾ, ਕੈਸੇ ਚੱਲੇਗਾ। ਸੋ ਆਈ ਹੋਪ ਕਿ 2 ਦਿਨਾਂ ਦੇ ਵਿੱਚ ਅਸੀਂ ਇਸ ਨੂੰ ਤੁਹਾਡੇ ਕੋਲ ਪਹੁੰਚਾ ਦਾਂਗੇ। ਗੱਲ ਹੁਣ ਤੁਸੀਂ ਕੁਛ ਪੁੱਛਣੇ ਹੋਏ ਬਟਾਲੇ ਵਾਸਤੇ ਇੱਕ ਤਾਂ ਅਸੀਂ ਦੇਖੋ ਜੋ ਉੱਥੋਂ ਜੋ ਰਿਕੁਐਸਟ ਅੱਜ ਹੋਈਆਂ ਨੇ ਬਟਾਲੇ ਦੀ ਡਿਵੈਲਪਮੈਂਟ ਔਰ ਇਹ ਬਟਾਲਾ ਸਾਡੇ ਵਾਸਤੇ ਬੜਾ ਇੰਪੋਰਟੈਂਟ ਇਸ 'ਤੇ ਪਹਿਲੀ ਪਾਤਸ਼ਾਹੀ ਦੇ ਨਾਲ ਸੰਬੰਧਿਤ ਹੈ। ਇਟ ਇਜ਼ ਕਈ ਗੱਲਾਂ ਸਾਡੇ ਮਿਨਿਸਟਰ ਸਾਹਿਬ ਦੀ ਕਮੇਟੀ ਨੇ ਇਹਨਾਂ ਨੂੰ ਬਣਾਈਆਂ ਸੀਆਂ। ਇੱਕ ਤਾਂ ਰੋਡ ਹੈ ਜਿਹੜੀ ਸਾਡੀ ਇਹ ਵੀ ਆਰ ਡੂਇੰਗ 109 ਕਿਲੋਮੀਟਰਸ ਔਫ ਰੋਡ ਜਿਹੜੀ ਲਿੰਕ ਕਰੇਗੀ ਜਿਹਨੂੰ ਪ੍ਰਕਾਸ਼ਪੁਰ ਮਾਰਗ ਅਸੀਂ ਉਹਦਾ ਨਾਂ ਦਿੱਤਾ ਔਰ ਗੁਰੂ ਨਾਨਕ ਦੇਵ ਜੀ ਮਾਰਗ ਜੋ ਸੈਂਟਰ ਨੇ ਐਲਾਨ ਕੀਤਾ ਹੈ ਵਾਇਆ ਅੰਮ੍ਰਿਤਸਰ, ਇਹ ਹੋਏਗਾ ਵਾਇਆ ਬਟਾਲਾ। ਇਹ ਇੱਕ ਸਰਕੂਲਰ ਰੋਡ ਇੱਕ ਬਣ ਜਾਏਗੀ। ਉਹ ਆਪਣੀ ਪਾਰਟੀ ਸਾਡੀ ਗਵਰਨਮੈਂਟ ਆਪਣੇ ਆਪ ਕਰ ਰਹੀ ਹੈ। 103 ਕਰੋੜ ਦੇ ਕਰੀਬ ਉਹਦਾ ਖਰਚਾ ਹੋਣਾ। ਦੈਟਸ ਵਨ। ਇੱਕ ਇਹਨਾਂ ਨੇ ਦਿੱਤੀ ਹੈ ਪ੍ਰਪੋਜ਼ਲ ਫੋਰ ਦਿਸ ਕਸੂਰ ਨਾਲਾ, ਉਹ ਵੀ ਆਰ ਟੇਕਿੰਗ ਦੈਟ ਮੈਟਰ ਅਪ। ਉਹਨੂੰ ਅਸੀਂ ਜੈਸੇ ਅਸੀਂ ਕਰ ਰਹੇ ਬੁੱਢਾ ਨਾਲਾ ਲੁਧਿਆਣੇ ਔਰ ਪਟਿਆਲੇ ਦੇ ਵਿੱਚ ਜਿਹੜੇ ਉੱਥੇ ਨਾਲੇ ਨੇ ਉਹਨਾਂ ਦੇ ਵਾਸਤੇ ਸੇਮ ਵੇ ਵੀ ਵਿਲ ਟੇਕ ਦਿਸ ਅਪ ਟੂ ਡੂ ਦਿਸ। ਥਰਡ, 13 ਕਰੋੜ ਰੁਪਈਏ ਜਾਂ ਜ਼ਿਆਦਾ ਜਿੰਨਾ ਵੀ ਲੱਗੇ ਫੋਰ ਸ਼ਿਫਟਿੰਗ ਆ ਬੱਸ ਸਟੈਂਡ ਔਰ ਉਹਦੇ ਗੁਰਦਾਸ ਬਟਾਲੇ ਦੇ ਵਿੱਚ ਉਹਨੂੰ ਅਸੀਂ ਸ਼ਿਫਟ ਕਰਾਂਗੇ। ਨਵਾਂ ਬਣੇਗਾ, ਨਵਾਂ ਵਰਕਸ਼ਾਪ ਬਣੇਗਾ, ਐਵਰੀਥਿੰਗ ਇਜ਼ ਗੋਇੰਗ ਟੂ ਬੀ ਡਨ ਹੇਅਰ। ਤੀਸਰਾ, ਐਨੀ ਅਦਰ ਇਸ਼ੂ? ਬਾਕੀ ਹੋਰ ਜਿਹੜੀ ਮੰਗਾਂ ਦੈਟ ਆਈ ਹੈਵ ਟੇਕਨ ਵਿਦ ਮੀ ਐਂਡ ਉਹਨਾਂ ਦੇ ਵਿੱਚ ਅਸੀਂ ਦੇਖ ਲਾਂਗੇ ਵਾਟ ਅਮਾਊਂਟ। ਅਗਲੇ ਸਾਲ ਵਿਆਹ ਦਾ ਪ੍ਰੋਗਰਾਮ ਤਾਂ ਸਰਕਾਰ ਕਰੂਗੀ, ਉਹਦੇ ਦੈਟ ਇਜ਼ ਫੋਰ ਸ਼ੋਰ। ਜੋ ਮਿਨਿਸਟਰ ਸਾਹਿਬ ਚਾਹੁੰਦੇ ਨੇ ਉਹਦੇ ਮੈਂ ਦੇਖਿਆ ਨਹੀਂ ਸੀ, ਦੇਖਣ ਗਿਆ ਸੀ। ਬੇਸਿਕਲੀ ਦੇਖੋ, ਦੇਰ ਇਜ਼ ਨੋਰਮਲੀ 100 ਸਾਲ ਦੀ ਜਿਹੜੀ ਕੋਈ ਬਿਲਡਿੰਗ ਹੈ ਇਟ ਬਿਕਮਸ ਅ ਹੈਰੀਟੇਜ ਬਿਲਡਿੰਗ ਔਨ ਹੈਰੀਟੇਜ ਬਿਲਡਿੰਗਸ ਹੈਵ ਟੂ ਬੀ ਮੇਨਟੇਨਡ। ਸੋ ਆਈ ਐਮ ਹੈਪੀ ਉੱਥੇ ਕਾਲਜ ਅੱਛਾ ਚੱਲ ਰਿਹਾ, ਲੇਕਿਨ ਜੋ ਅਸੀਂ ਕਰ ਸਕਦੇ ਹਾਂ ਟੂ ਅਸਿਸਟ ਵਿਦ ਦੈਟ ਵੀ ਵਿਲ ਡੂ ਦੈਟ। ਪਰ ਮੈਂ ਗਿਆ ਸੀ ਬਿਕੋਜ਼ ਮੈਂ ਉਹਦੇ ਬਾਰੇ ਲਿਖਿਆ ਜ਼ਰੂਰ ਸੀ ਆਪਣੀ ਕਿਤਾਬ 'ਚ, ਲੇਕਿਨ ਮੈਂ ਉਹ ਬਿਲਡਿੰਗ ਦੇਖੀ ਨਹੀਂ ਸੀ। ਸੋ ਆਈ ਵੈਂਟ ਟੂ ਸੀ ਮੀਟਿੰਗ ਸੀ ਉਹਨਾਂ ਦੇ ਬੰਦਿਆਂ ਦੀ, ਡੇਰਾ ਬਾਬਾ ਨਾਨਕ ਐਂਡ ਹੁਸਨ ਲਾਲ ਜੀ, ਸਾਡੇ ਹੁਸਨ ਲਾਲ ਜੀ ਉੱਥੇ ਸਾਡੇ ਰੈਪ੍ਰਜੈਂਟੇਟਿਵ ਸੀ। ਵਾਟ ਹੈਜ਼ ਬੀਨ ਡਿਸਾਈਡਿਡ ਇਜ਼ 5,000 ਸ਼ਰਧਾਲੂ ਰੋਜ਼ ਜਾਣਗੇ ਦੀ ਇਜਾਜ਼ਤ ਹੈਗੀ। ਉਹ ਸਵੇਰੇ ਤੋਂ ਲੈ ਕੇ ਸੂਰਜ ਚੜ੍ਹਦੇ ਤੋਂ ਲੈ ਕੇ ਸੂਰਜ ਡੁੱਬਦੇ ਤਾਈਂ ਇਹ ਉੱਥੇ ਜਾ ਸਕਣਗੇ। ਆਈਡੈਂਟੀਫਿਕੇਸ਼ਨ ਵਾਸਤੇ ਸਿਰਫ ਪਾਸਪੋਰਟ ਦੀ ਲੋੜ ਹੈ, ਕੋਈ ਵੀਜ਼ਾ ਨਹੀਂ ਹੋਏਗਾ ਉਸ 'ਚ। ਪਿਲਗ੍ਰਮ ਲੋਕ ਜਾ ਸਕਦੇ ਹੈ ਗਰੁੱਪਾਂ ਦੇ ਵਿੱਚ ਜਾਂ ਇਕੱਲੇ ਵੀ ਜਾ ਸਕਦੇ ਨੇ, ਕਿਸੇ ਨੇ ਇਕੱਲੇ ਜਾਣਾ ਉੱਥੇ। ਉਹ ਮੇਰਾ ਖਿਆਲ ਗੱਡੀਆਂ ਦਾ ਪ੍ਰਬੰਧ ਹੋ ਜੋ ਵਿਸ਼ਾ ਕਰਨ, ਲੇਕਿਨ ਪੈਦਲ ਵੀ ਤੁਸੀਂ ਜਾ ਸਕਦੇ ਜਿਹਨੇ ਪੈਦਲ ਜਾਣਾ ਉੱਥੇ। NRI ਅਤੇ OCI ਕਾਰਡ ਹੋਲਡਰ ਜਿਹੜੇ ਨੇ ਓਲਸੋ ਉਹਨਾਂ ਨੂੰ ਵੀ ਇੱਥੋਂ ਦੀ ਕੋਰੀਡੋਰ ਦੇ ਵਿੱਚੋਂ ਜਾਣ ਦੀ ਇਜਾਜ਼ਤ ਹੈ। ਪਾਕਿਸਤਾਨ ਨੇ ਉਸ ਗੱਲ ਜਿਹੜੀ ਅਸੀਂ ਮੰਗਦੇ ਰਹੇ ਹਾਂ ਉਹ ਨਹੀਂ ਮੰਗੀ, ਅਤੇ $20 ਹਰ ਸ਼ਰਧਾਲੂ ਨੂੰ ਦੇਣਾ ਪਊ। ਮੈਂ ਅੱਜ ਵੀ ਕਹਿਣਾ ਚਾਹੁੰਦਾ ਕਿ ਮੈਂ ਇਹਦੇ ਨਹੀਂ ਇਹਦੇ ਨਾਲ ਸਹਿਮਤ, ਲੇਕਿਨ ਇਹ ਮੁਲਕ ਟੂ ਮੁਲਕ ਦਾ ਫੈਸਲਾ ਹੈ।
ਹਿੰਦੁਸਤਾਨ ਦਾ ਔਰ ਪਾਕਿਸਤਾਨ ਦਾ ਜੋ ਫੈਸਲਾ ਹੋਇਆ ਉਹ ਲਾਗੂ ਹੋਏਗਾ ਜਦੋਂ ਤਾਈਂ ਪਾਕਿਸਤਾਨ ਇਸ ਗੱਲ ਨੂੰ ਸਮਝਦਾ ਨਹੀਂ ਕਿ ਸਾਡੇ ਪਰੰਪਰਾ ਕੁਛ ਹੋਰ ਹੈ। ਸਾਡੇ ਗੁਰਦੁਆਰੇ ਮੰਦਰਾਂ ਦੇ ਵਿੱਚ ਜਾਣ ਵਾਸਤੇ ਕੋਈ ਕੋਈ ਪੈਸੇ ਨਹੀਂ ਦਿੰਦੇ, ਉਹ ਹਰ ਵੇਲੇ ਦਿੰਦੇ ਨੇ ਉਹ ਇੱਕ ਇਗਜ਼ਾਮਪਲ ਕਿ ਜਿਹੜਾ ਕੋਈ ਮੱਕਾ ਜਾਂਦਾ ਆਪਣੇ ਉੱਥੇ ਸ਼ਰਧਾਲੂ ਜਾਂਦੇ ਨੇ ਉਹਨਾਂ ਤੋਂ ਸਾਊਡੀ ਗਵਰਨਮੈਂਟ ਚਾਰਜ ਕਰਦੀ ਹੈ, ਲੇਕਿਨ ਉਹ ਪਾਕਿਸਤਾਨ ਔਰ ਸਾਊਡੀ ਦਾ ਮਸਲਾ ਹੈ, ਸਾਡੇ ਪਰੰਪਰਾ ਦੇ ਵਿੱਚ ਇਹ ਗੱਲ ਨਹੀਂ ਹੈ। ਸਮਾਂ ਬਾਦਸ਼ਾਹ ਅਕਬਰ ਨੇ ਜੋ ਜਜ਼ੀਆ ਲੱਗਿਆ ਹੋਇਆ ਸੀ ਔਰ ਹਿੰਦੂ ਧਰਮ ਦੇ ਵਿੱਚ ਜਾਂ ਸਿੱਖ ਧਰਮ ਦੇ ਲੋਕ ਜਿਹੜੇ ਜਾਂਦੇ ਸੀ ਆਪਣੇ ਧਰਮ ਨੂੰ ਮਨਾਉਣ ਵਾਸਤੇ ਉਹਦੇ 'ਤੇ ਇੱਕ ਜਜ਼ੀਆ ਟੈਕਸ ਲਾਇਆ ਸੀ, ਉਹ ਬਾਦਸ਼ਾਹ ਅਕਬਰ ਨੇ ਚੱਕ ਦਿੱਤਾ ਸੀਗਾ ਤਾਂ ਕਿ ਕੋਈ ਵੀ ਆਪਣੇ ਧਾਰਮਿਕ ਜਗ੍ਹਾ ਜਾ ਕੇ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਸੀ। ਇਹ ਗੱਲ ਪਾਕਿਸਤਾਨ ਨੂੰ ਸਮਝਣੀ ਚਾਹੀਦੀ ਸੀ। ਆਈ ਹੋਪ ਇਨ ਡਿਊ ਕੋਰਸ ਪਾਕਿਸਤਾਨ ਗਵਰਨਮੈਂਟ ਇਸ ਗੱਲ ਨੂੰ ਸਮਝੇਗੀ ਔਰ ਇਸ ਮਾਫ਼ ਕਰੇਗੀ, ਲੇਕਿਨ ਅੱਜ ਤੋਂ ਇਹ ਲਾਗੂ ਹੈ। ਇਹ ਅੱਜ ਵੀ ਮੰਗੀ ਹੈ, ਸਾਰਿਆਂ ਨੇ ਅੱਜ ਮੰਗੀ ਹੈ। ਵੀ ਵਿਲ ਹੈਵ ਟੂ ਲੁੱਕ ਇਨ ਓ, ਇਹ ਐਡਮਿਨਿਸਟ੍ਰੇਟਿਵ ਮੈਟਰ ਵੀ ਹੈ, ਨੋਟ ਓਨਲੀ ਪੋਲੀਟੀਕਲ, ਸੋ ਵੀ ਹੈਵ ਟੂ ਸੀ ਹਾਊ ਵੀ ਕੈਨ ਡੂ ਇਟ। ਮੈਨੂੰ ਅੱਜ ਮਿਨਿਸਟਰ ਸਾਹਿਬ ਸਵੇਰੇ ਦੇ ਹੀ ਦੱਸ ਰਹੇ ਨੇ, ਸੋ ਆਈ ਵਿਲ ਗੋ ਬੈਕ ਐਂਡ ਹੈਵ ਇਟ। ਹੈ ਜੀ, ਕੌਣ? ਸਾਰੇ ਤਾਂ 100% ਤਾਂ ਨਹੀਂ ਅਸੀਂ ਜਿੱਤ ਸਕਦੇ, ਮੈਂ ਤਾਂ ਕੋਸ਼ਿਸ਼ ਕਰ ਰਿਹਾ ਸੀ 100% ਜਿੱਤ ਜੀਏ, ਵਨ ਵੀ ਡਿਡਨਟ ਸਕਸੀਡ। ਅਨਫੋਰਚੁਨੇਟ ਹੈ, ਇਹ ਨਹੀਂ ਕਿ ਕੋਈ ਕਸਰ ਰਹੀ ਹੈ, ਬਟ ਦੀਸ ਥਿੰਗਸ ਇਲੈਕਸ਼ਨਾਂ ਦੇ ਵਿੱਚ ਹੋਈ ਹੈ ਔਰ ਇੰਨਾ ਹੀ ਮੈਂ ਕਹਿ ਸਕਦਾ ਕਿ ਕਿਸੇ ਨੂੰ ਦਿਲ 'ਤੇ ਗੱਲ ਨਹੀਂ ਵਸਾਉਣੀ ਚਾਹੀਦੀ। ਕਦੇ ਕਦੇ ਹੋ ਜਾਂਦੀਆਂ ਨੇ, ਪਹਿਲੀ ਦੋ ਇਲੈਕਸ਼ਨਾਂ ਮੈਂ ਵੀ ਹਾਰਿਆ ਸੀ, ਸੋ ਡਜ਼ਨਟ ਮੈਟਰ। ਹਾਂ ਜੀ, ਹਾਂ ਮੈਂ ਤਾਂ ਪਹਿਲਾਂ ਉਰੇ ਤੁਹਾਨੂੰ ਐਲਾਨ ਕੀਤਾ ਸੀ ਕਿ ਮੈਂ ਜਾਊਂਗਾ, ਡਾਕਟਰ ਮਨਮੋਹਨ ਸਿੰਘ ਜੀ ਉਹਨਾਂ ਦੇ ਸਰਦਾਰਨੀ ਸਾਹਿਬਾਂ ਉਹ ਵੀ ਨਾਲ ਜਾਣਗੇ, ਸਾਡੇ ਸਾਰੇ MLA ਜਾਵਾਂਗੇ। ਅਸੀਂ ਸਾਰਿਆਂ ਨੂੰ ਸੱਦਾ ਭੇਜਿਆ, ਕਿਹੜੀ ਪਾਰਟੀ ਦੇ ਵੀ ਹੋਣ, 117 MLA ਨੂੰ ਅਸੀਂ ਭੇਜਿਆ ਸੱਦਾ, ਸਾਡੇ ਅਸੀਂ ਵੀ ਇੰਕਲੂਡਿਡ ਐਵਰੀ ਪਾਰਟੀ, SGPC ਦੇ ਮੈਂਬਰ ਵੀ ਅਸੀਂ ਸੱਦੇ ਨੇ। ਸਾਡੇ ਵੱਲੋਂ ਪਹਿਲੇ ਪਾਤਸ਼ਾਹੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਾਰੀ ਇਹ ਸਿਆਸਤ ਤੋਂ ਬਹੁਤ ਉੱਚਾ ਹੈ, ਐਂਡ ਦੇਅਰਫੋਰ ਵੀ ਡੋ ਨੋਟ ਬਿਲੀਵ ਇਨ ਦਿਸ ਪੋਲੀਟੀਸਾਈਜੇਸ਼ਨ ਆਫ ਦਿਸ। ਸਾਡੇ ਵੱਲੋਂ ਤੋਂ ਜਿਨ੍ਹਾਂ ਨੇ ਆਉਣਾ ਉਹ ਸ਼ੌਕ ਨਾਲ, ਸਰਕਾਰ ਪ੍ਰੈਸ ਦਾ ਵੀ ਇਹਦੇ ਵਿੱਚ ਪ੍ਰੋਗਰਾਮ ਅਸੀਂ ਰੱਖੇ, ਪ੍ਰੈਸ ਦੇ ਮੈਂਬਰਸ ਰੱਖੇ ਨੇ, ਪਰ ਜਿਨ੍ਹਾਂ ਨੇ ਆਉਣਾ ਸਾਡੇ ਪ੍ਰੋਗਰਾਮ 'ਚ ਉਹ ਸੱਦਾ ਹੈ। ਕਿਸੇ ਧਰਮ ਨਾਲ ਸੰਬੰਧ ਰੱਖਦੇ ਹੋਣ, ਕਿਸੇ ਚੀਜ਼ ਦੇ ਵੀ ਹੋਣ, ਦੇ ਆਰ ਆਲਵੇਜ਼ ਵੈਲਕਮ। ਆਈ ਐਮ ਅਗੇਂਸਟ ਦ ਵੈਰੀ ਪ੍ਰਿੰਸੀਪਲ ਆਫ ਦਿਸ, ਔਰ ਉਹ ਪ੍ਰਿੰਸੀਪਲ ਆਈ ਹੋਪ ਪਾਕਿਸਤਾਨ ਗਵਰਨਮੈਂਟ ਇਸ ਗੱਲ ਨੂੰ ਸਾਂਭੇਗੀ, ਇਹ ਅੰਡਰਸਟੈਂਡ ਕਰੇਗੀ ਕਿ ਸਾਡੇ ਧਰਮਾਂ ਦੇ ਵਿੱਚ ਇਹ ਗੱਲ ਹੁੰਦੀ ਨਹੀਂ। ਕੇਜਰੀਵਾਲ ਜੋ ਮਰਜ਼ੀ ਕਰੇ, ਉਹ ਸਾਡੇ 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 ਪੰਜਾਬ ਦੀ ਜਿਹੜੀ ਪਰੰਪਰਾ ਉਹਨੂੰ ਜਾਣਦਾ ਨਹੀਂ, ਉਹ ਆ ਕੇ ਥੋੜ੍ਹਾ ਸਮਝਿਆ ਕਰੇ। ਹੈ ਜੀ, ਇਹ ਗੱਲਾਂ ਹੁਣ ਹਾਲੇ ਤਾਂ ਇਟਸ ਟੂ, ਮੈਂ ਤੁਹਾਨੂੰ ਦੱਸਿਆ ਕਿ ਜੋ ਫਾਈਨਲ ਪ੍ਰੋਗਰਾਮ ਹੋਏਗਾ 2-3 ਦਿਨਾਂ 'ਚ ਅਸੀਂ ਤੁਹਾਨੂੰ ਦੇਵਾਂਗੇ। ਅਫਕੋਰਸ ਇਟ ਇਜ਼ ਗੋਇੰਗ ਟੂ ਕਮ ਅਪ, ਇਹ ਤਾਂ ਜ਼ਰੂਰ ਅਸੀਂ ਉਹਦੇ ਵਿੱਚ ਸਮਾਂ, ਇਹ ਜਿਹੜੀ ਮਹਿਕਲਾਂ ਵਾਲਾ ਜਿਹੜੀ ਕਾਂਡ ਸੀ ਇਹ ਮਈ ਚੱਕਿਆ ਸੀ, ਜਦੋਂ ਇਹ ਸ਼ੁਰੂਆਤ ਹੋਈ ਸੀ ਸਾਡੇ ਪਿਛਲੀ ਸਰਕਾਰ ਤੋਂ ਪਹਿਲਾਂ ਦੀ ਗੱਲ ਹੈ, ਇਹ ਬਹੁਤ ਪੁਰਾਣੀ ਗੱਲ ਹੈ, ਐਂਡ ਇਟ ਇਜ਼ ਨਾਓ ਰੀਚਿੰਗ ਕੰਕਲੂਜਨ, ਇਟ ਸ਼ੁੱਡ ਫਿਨਿਸ਼ ਕੁਇਕਲੀ, ਆਈ ਹੋਪ ਜਲਦੀ ਤੋਂ ਜਲਦੀ ਇਹ ਕਦਮ ਹੋਵੇਗਾ। ਠੀਕ ਹੈ, ਠੀਕ ਹੈ ਜੀ।